स्वागत है किसान वीरो तुहाडा सिदक डेयरी फार्मिंग दे विच। किसान वीरो अज जिहड़ी वीडियो बना रहे हैं पिंड पंडाल दोना, ये पिंड सिद्धवां दोना दे बिल्कुल नेड़ रह जांदा है, कपूरथला जिले का दोस्तों ये पिंड। वैसे जे कोई वीर मोगा साइड तो आता तो मलसियां जिहड़ियां मलसियां कल आता वह भी ये नेड़ है, उधरों भी सड़क इस पिंड नूं आ जांदी है। सो पंडाल दोना पिंड चो वीडियो ते इस घर चो मेरी दूजी वीडियो है। बाई व्यापार का काम करता दसो, पिछली वीडियो तीन गावं दिखाई सी, अज की वीडियो चार गावं दिखाऊंगा जिदे चो तीन ताजिया सूईया हुई हैं। एक गां सामने जी खड़ी है दसो परले पासों दो नंबर से, यह तो रुख दसदा भी यह हजे गबण है। सो आप इन बारे गलबात करते हैं, वीडियो तुसी एंड तक देखियो, थोनू जो नग पसंद आ जूगा दुध लीटर मिनती वाला बाई दसूगा, उन्ना बेशक तुम दो टाइम चो लियो तीन टाइम चो लियो, थोड़ा हक आ भी आपकी तसली करके तुम खरीदो। आओ गलबात करिए दोस्तों, आप पहले नंबर वाली गां तो डिटेल पूछनी शुरू करांगे, फिर एक एक करके थोनू चारे नग जिहड़े दिखावांगे। ये तो बिना इधर चार वीर खड़े आ दोस्तों, तीन वीर इन चार ही, ये कह लो भी ये स्पैशल जदों मैं वीडियो बनाउण आया इहदी की दूजी, तो पहली वीडियो च भी वीर इत्थे पहुंचे सी, अपनियां वीडियो देखदे आ पसंद करदे आ। आओ मिलदे आ बाई नूं, बाई सति श्री अकाल। सति श्री अकाल भाई, नाम अपना दस्सो वीर। लवप्रीत सिंह आ भाई, जिला अपन कपूरथला पैंदा, पंडाल दोना अपना पैंदा। लवप्रीत भाई आई जांदे रूटीन च पशु? हाँ जी हाँ जी, रोज ही आउंदे। अच्छा एक दसी भी, हालांकि पशु चलो रेट दे हिसाब ते हुण भी सोहणे आ, हाँ जी, ਜਿਹੜੀਆਂ ਚੰਗੀਆਂ ਗਾਵਾਂ ਉਹ ਪਹਿਲਾਂ ਹੀ ਵੇਚ ਦਿੰਦਾ ਤੂੰ ਵੀਡੀਓ ਤੋਂ? ਬਾਈ ਜੀ ਆਪਾਂ ਤੁਹਾਨੂੰ ਫੋਨ ਕਰ ਦਿੰਦਾ, ਕਈ ਵਾਰੀ ਤੁਸੀਂ ਦੂਰੋਂ ਆਉਣਾ ਹੁੰਦਾ, ਤੁਸੀਂ ਫਿਰ ਵਾਕ ਰਹਿੰਦੇ ਆ, ਤੇ ਉਹ ਕੋਈ ਗੱਲ ਨਹੀਂ, ਐਤਕੀ ਆਪਾਂ ਜਰਸੀ ਜੁਰਸੀ ਆਪਾਂ ਲਈਆਂ ਹੋਈਆਂ ਬਾਹਰ ਗਾਵਾਂ, ਅਗਲੀ ਵੀਡੀਓ 'ਚ ਫਿਰ ਅਗਲੀ ਵੀਡੀਓ 'ਚ ਟੌਪ ਦੀਆਂ ਦਿਖਾਵਾਂਗੇ। ਠੀਕ ਹੈ। ਅੱਛਾ ਬਾਈ ਅੱਜ ਪਹਿਲੇ ਨੰਬਰ ਵਾਲੀ ਤੋਂ ਸ਼ੁਰੂਆਤ ਕਰਦੇ ਹਾਂ। ਇਹ ਬਾਈ ਦੂਜੇ ਸੂਏ ਸੂਈ ਆ, ਦੰਦਾ ਜਾਵੜ। ਠੀਕ ਹੈ। ਤੇ ਇਹ ਸਵੇਰੇ 2 ਵਜੇ ਸੂਈ ਆ। ਠੀਕ ਹੈ। ਹਾਂਜੀ, ਤੇ ਪਿੱਛੋਂ ਸਾਫ਼ ਕੀਤੀ ਹੈ, ਜਨਵਾਈ ਨੂੰ ਵੀ ਮਿਲੇਗੀ ਮੈਮ। ਠੀਕ ਹੈ। ਬੱਚਾ ਕੀ ਦਿੱਤਾ? ਬੱਚਾ ਮੇਲ ਕਾਫ ਦਿੱਤਾ, ਲਵਾਇਆ ਤਾਂ ਉਹਨਾਂ ਸੈਕਸੀ ਸੀਮਨ ਸੀ, ਬਰੂਡ ਦਾ ਬੱਚਾ ਦਿੱਤਾ ਇਹਨੇ, ਬਹੁਤ ਤਕੜਾ। ਠੀਕ ਹੈ। ਤੇ ਪਰ ਬੱਚਾ ਦੇ, ਚਲੋ ਉਹ ਕੁਦਰਤ ਦੇ ਰੰਗ ਹੈ। ਅੱਛਾ ਬਾਈ ਕੀ ਡਿਮਾਂਡ ਕਰਦੇ ਹੋ? ਇਹਦੀ ਬਾਈ ਆਪਾਂ 1-15 ਦੀ ਦੇ ਦੇਵਾਂਗੇ। 1-15? ਹਾਂਜੀ। ਖੋਲੇ ਨੂੰ ਤੋਰ ਕੇ ਦੱਸੋ, ਬਹੁਤ ਸੋਹਣੀ ਵੈੜ ਹੈ, ਆ ਕੇ ਵੀ ਦੇਖੋਗੇ, ਥਨ ਦਾ ਸਾਈਜ਼ ਚੰਗਾ ਤੇ ਫਿਕਸ ਹਵਾਨੇ ਦੀ ਹੈ, ਤੁਸੀਂ ਇਹਨੂੰ ਤੁਰਦੀ ਨੂੰ ਦੇਖੋਗੇ। ਸੁਬਾ ਹੀ ਸੂਈ ਆ ਬਾਈ, ਕਹਿੰਦਾ 2 ਵਜੇ ਰਾਤ ਦੀ ਇਹ ਸੂਈ ਵੀ ਹੈ, ਵੱਛੇ ਨੂੰ ਜਨਮ ਦਿੱਤਾ। ਸੀਮਨ ਬਾਈ ਕਹਿੰਦਾ ਵੀ 66 ਲੱਗਾ ਸੀ ਪਰ ਵੱਛਾ ਦਿੱਤਾ, ਉਹ ਕੁਦਰਤ ਦੇ ਰੰਗ ਹੈ, ਉਹਦੇ ਹੱਥੇ ਵੱਸ ਆ ਸਭ ਕੁਛ, ਬੰਦੇ ਦੇ ਸੋਚਿਆਂ ਕੀਤਿਆਂ ਬਹੁਤਾ ਕੁਛ ਹੁੰਦਾ ਨਹੀਂ। ਸੋ ਹਵਾਨਾ ਦੱਸੋ, ਬੜਾ ਜ਼ਬਰਦਸਤ ਸੋਹਣੀ ਕੁਆਲਿਟੀ ਦਾ ਹਵਾਨਾ, ਥਨ ਦਾ ਸਾਈਜ਼ ਸੋਹਣਾ, 1,15,000 ਦੀ ਬਾਈ ਕਹਿੰਦਾ ਦੇਵਾਂਗੇ, ਬਾਕੀ ਤੁਸੀਂ ਦੁੱਧ ਜਿਹੜਾ ਉਹ ਇਹਦਾ ਹੁਣ ਤਾਂ ਬੌਲੇ 'ਚ ਆ, ਅਤੇ ਬੌਲਾ ਜਿਹੜਾ ਤੁਸੀਂ ਚੋ ਕੇ ਦੇਖ ਸਕਦੇ ਹੋ, ਤੁਹਾਨੂੰ ਥਣਾਂ ਦਾ ਆਈਡੀਆ ਹੋ ਜੂਗਾ। ਵੱਛਾ ਜਿਹੜਾ ਦਿੱਤਾ ਦੱਸੋ, ਸਾਹਮਣੇ ਬੈਠਾ ਹੈ, ਵਾਈਟ ਰੰਗ ਦੇ ਵਿੱਚ ਹੈ, ਕਾਫੀ ਨਿੱਗਰ ਬੌਲਾ ਜਿਹੜਾ ਉਹਦਾ ਪੀਤਾ, ਅਤੇ ਉਦੋਂ ਬਾਅਦ 'ਚ ਰੱਜ ਕੇ ਹੁਣ ਬੈਠਾ ਮਸਤੀ ਦੇ ਵਿੱਚ। ਹਵਾਨੇ ਦੇ ਉੱਤੇ ਭਲੂਣ ਥੋੜ੍ਹੀ ਥੋੜ੍ਹੀ ਤੁਹਾਨੂੰ ਦਿਸਦੀ ਹੋਣੀ ਹੈ ਥੱਲਿਓਂ ਦੱਸੋ, ਹਾਲਾਂਕਿ ਤਾਜ਼ਾ ਸੂਆ ਪਸ਼ੂ 1-2 ਦਿਨ ਭਲੂਣ 'ਚ ਰਹਿੰਦਾ। ਥਾਣੇ ਦਾ ਹੱਥੀਂ ਚੁਆਈ ਵਾਲਾ ਅਤੇ ਚਾਰੇ ਥਣ ਨਿਖੜਵੇਂ ਆ। 1,15,000 ਬਾਈ ਕਹਿੰਦਾ ਵੀ ਇਹਦਾ ਆਪਾਂ ਰੇਟ ਰੱਖਦੇ ਹਾਂ, ਮਾਨ ਤਾਨ ਹੋ ਜਾਣਾ ਦੱਸੋ ਜਦੋਂ ਤੁਸੀਂ ਆਓਗੇ। ਸੋ ਆ ਕੇ ਤੁਸੀਂ ਦੇਖਿਓ, ਪਸ਼ੂ ਨੂੰ ਪਸੰਦ ਕਰਿਓ, ਖੁੱਲ੍ਹੀ ਫਿਰਦੀ ਗਾਂ ਆਈ ਹੈ, ਇਹਦਾ ਜਿਹੜਾ ਉਹ ਧੌਣ ਤੋਂ ਵੀ ਪਤਾ ਲੱਗਦਾ ਕੋਈ ਰੱਸੇ ਦਾ ਜਾਂ ਸੰਗਲ ਦਾ ਨਿਸ਼ਾਨ ਨਹੀਂ ਹੈਗਾ। ਸੋ ਇਹਦੇ ਥਣ ਚਾਰੇ ਬਿਲਕੁਲ ਇੱਕੋ ਜਿਹੇ ਸਾਈਜ਼ ਦੇ ਆ, ਹਾਈਟ ਸੋਹਣੀ 'ਚ ਹੈ ਅਤੇ ਫਿਕਸ ਹਵਾਨੇ ਵਾਲੀ ਹੈ। ਇਹਦੂ ਅੱਗੇ ਇੱਕ ਹੋਰ ਗਾਂ ਬਾਈ ਕੋਲ, ਲਵਪ੍ਰੀਤ ਬਾਈ ਜਿਹੜੀ 2 ਨੰਬਰ 'ਤੇ ਗਾਂ, ਇੱਥੇ ਖੜ ਕੇ ਦੱਸ ਦਿਓ। ਭਾਅ ਜੀ ਸ਼ਿੱਗੀ ਆ ਤੇ ਇਹਦਾ ਥੱਲੇ ਇਸ ਟਾਈਮ 22 ਕਿਲੋ ਆ ਰਿਹਾ ਡੀ, 7 ਦਿਨਾਂ ਦੀ ਸੂਈ ਇਹਦੇ, ਮਗਰ ਫੀਮੇਲ ਕਾਫ ਆ, ਸੋਰੀ ਵੱਛੀ ਇਹਦੇ। ਹਾਂਜੀ, ਬਹੁਤ ਸੋਹਣੀ ਆ, ABS ਦੀ ਵੱਛੀ ਆ ਇਹਦੇ ਮਗਰ। ਕੀ ਰੇਟ ਰਹਿਣਾ ਇਹਦਾ? ਇਹ ਭਾਅ ਜੀ 75,000 ਦੀ ਦੇ ਦੇਵਾਂਗੇ। ਖੋਲੀ ਨੂੰ। ਸੋ ਦੋਸਤੋ 22 ਲੀਟਰ ਬਾਈ ਕਹਿੰਦਾ ਵੀ ਮਿਹਨਤੀ ਵਾਲਾ ਦੁੱਧ ਇਹਦੇ ਥੱਲੇ ਹੈਗਾ, 7ਵੇਂ ਦਿਨ। 2 ਦਿਨ ਭਾਵਾਂ ਚੋਗਿਲ ਜਾਵੇ ਭਾਅ ਜੀ। ਓਕੇ, ਬੱਚਾ ਵੱਛੀ ਆ ਨਾਲ ਤੇ 75,000 ਦੀ ਇਹ ਤੁਹਾਨੂੰ ਮਿਲ ਜੂਗੀ। ਦੰਦਾਂ 'ਚ ਬਾਈ ਕਹਿੰਦਾ ਵੀ 6 ਦੰਦ ਹੈ, ਉਹ ਤੁਸੀਂ ਆ ਕੇ ਦੰਦ ਦੇਖ ਲਿਓ ਜੀ, ਵੱਛੀ ਤੁਹਾਡੀ ਤੁਹਾਨੂੰ ਇਹਦੀ ਜ਼ਰੂਰ ਮੈਂ ਦਿਖਾ ਦੂੰਗਾ। ਸੋ ਹਵਾਨਾ ਦੋਸਤੋ ਇਹਦਾ ਵੀ ਫਿਕਸ ਹੈ, ਘੱਟ ਵਾਲਾ ਹਵਾਨਾ, ਸੋਹਣਾ ਹਵਾਨਾ ਦਿਸਦਾ, ਬਾਕੀ ਜਿਹਨੂੰ ਪਸੰਦ ਆਊ ਤਾਂ ਉਹ ਵੀਰ ਫਾਈਨਲ ਕਰ ਸਕਦਾ। 75,000 'ਚ ਇਹ ਗਾਂ ਮਿਲੂਗੀ, ਥਾਣੇ ਇਹਦੇ ਵੀ ਹੱਥੀ ਚੁਆਈ ਵਾਲੇ ਰਹਿਣਗੇ, ਸਟਰਕਚਰ ਤੁਸੀਂ ਇਹਦਾ ਦੇਖ ਸਕਦੇ ਹੋ। ਸੋ ਇਹਦੇ ਨਾਲ ਬੱਚਾ ਜਿਹੜਾ ਉਹ ਫੀਮੇਲ ਕਾਫ ਆ ਦੋਸਤੋ, ਪਰਲੇ ਪਾਸੇ ਬੈਠੀਆਂ ਬੱਚੀਆਂ, ਉਹਨਾਂ 'ਚੋਂ 1 ਵੱਛੀ ਹੈ, ਤੁਹਾਨੂੰ ਮੈਂ ਜਿਹੜੀ ਬਾਅਦ 'ਚ ਜ਼ਰੂਰ ਦਿਖਾਊਂਗਾ। ਦੁੱਧ ਵੀਰ ਦੱਸਦਾ ਵੀ 22 ਲੀਟਰ ਇਸ ਟਾਈਮ ਹੈਗਾ, ਜਿਹੜਾ ਚੋ ਕੇ ਲੈ ਸਕਦੇ ਹੋ, ਬੇਸ਼ੱਕ 3 ਟਾਈਮ ਚੋ ਲਓ ਜੀ। ਵਟਸਐਪ 'ਤੇ ਵੀਡੀਓ ਕਾਲ ਕਰਕੇ ਵੀ ਦੁੱਧ ਚੋ ਕੇ ਦੇਖਿਆ ਜਾ ਸਕਦਾ ਹੁੰਦਾ ਜੀ, ਕਈ ਵਾਰ ਕਿਸੇ ਵੀਰ ਨੂੰ ਜ਼ਿਆਦਾ ਵਾਰ ਚੋਣ 'ਚ ਦਿੱਕਤ ਆਉਂਦੀ ਹੈ ਵੀ ਉਹਨੂੰ ਆਉਣਾ ਔਖਾ ਲੱਗਦਾ। 3 ਨੰਬਰ 'ਤੇ ਗੱਭਣ ਗਾਂ, ਲਵਪ੍ਰੀਤ ਬਾਈ 3 ਨੰਬਰ 'ਤੇ ਜਿਹੜੀ ਗਾਂ ਇਹ ਬਾਈ ਕੱਚੀ ਆ ਹਜੇ 15 ਦਿਨਾਂ ਦੀ। ਠੀਕ ਹੈ। 26 ਕਿਲੋ ਦੁੱਧ ਪਾਇਆ ਇਹਨੇ। ਠੀਕ ਹੈ। ਹਾਂਜੀ, ਕਿੰਨੇ 15 ਦਿਨਾਂ ਦੀ ਕੱਚੀ ਹੈ? ਹਾਂਜੀ ਹਾਂਜੀ। ਕੀ ਰੇਟ ਰਹਿਣਾ ਬਾਈ ਦਾ? ਇਹ ਬਾਈ ਦੇ ਦੇਵਾਂਗੇ 68,000 ਦੀ। ਖੋਲੀ।
सो दोस्तों 68,000 की मिलेगी, 15 दिन की कच्ची है। सूआ दूजा ही है भाई? हाँ जी दूजा। ठीक है दूजा सूआ दोस्तों, बाकी आके देख लो जो तुम भी। मीडियम हाइट के थाने के हथी चवाई वाले है। सो अजे 15 दिन की कच्ची 68,000 की गां थोनू मिल जूगी। हवाना बनाना शुरू किया होया, हाइट लेंथ बारे थोनू दसता, रंग जिहड़ा वह सोहना दसो, वाइट तो ब्लैक कंबीनेशन जहा है, सोहना रंग रूप है, स्ट्रक्चर चंगा, हाथी चवाई वाला थान है, पूरा मुठ्ठी वाला थान जिहड़ा वह तुसीं वीडियो चो वैसे क्लीयर दिस भी रहा, फिर भी दस दिना भी ये चंगा थान का सैज रहेगा। सो इहदा रेट 68,000, तो हजे इन्हें 15 दिन लेने हैं सून के। एक होर गां इदू अगे जिहड़ी खड़ी है दसो, भी थोनू दिखा दिंदे ते फिर थोनू दिखाऊंगा दो नंबर वाली गां नाल जिहड़ी वच्छी है वो किदां दी है। ये थोड़ा क्रॉस अंग वैड है, जर्सी एच एफ की मिक्स ब्रीड जिहड़ी लास्ट ते दिखा रहे हैं। चौथे नंबर ते बई गां भाजी ये पेलन सूई है। ठीक है 18 किलो दुध पा दूगी, इहदी मां दा 24 किलो दुध सी, ये जर्सी क्रॉस आ, जर्सी दी बच्ची है। किन्ना चिर ये भी भाजी कल सूई आ, कल ही सूई। हाँ जी इहदा रेट की रखेंगे भाई? ਇਹ ਸਿਰਫ 52,000 ਦੀ ਦੇ ਦੇਵਾਂਗੇ ਆਪਾਂ ਖੋਲੀ। ਸੋ ਦੋਸਤੋ 52,000 ਦੀ ਬਾਈ ਕਹਿੰਦਾ ਦੇ ਦਿਆਂਗੇ, ਦੁੱਧ ਪਾ ਦੂਗੀ ਬਾਈ ਦੇ ਮੁਤਾਬਕ 18 ਲੀਟਰ ਹੈ। ਤੁਸੀਂ 52,000 ਰੇਟ ਨੂੰ ਧਿਆਨ 'ਚ ਰੱਖ ਲਓ ਅਤੇ 15 ਤੋਂ ਬਾਹਰ ਦੁੱਧ ਜੇ ਦਾ ਤੁਸੀਂ ਚੰਗੀ ਸੇਵਾ ਨਾਲ ਇੰਨਾ ਵੀ ਚੋੜ ਲੈਂਦੇ ਹਾਂ ਤਾਂ ਰੇਟ ਦੇ ਹਿਸਾਬ 'ਤੇ ਗਾਂ ਤੁਹਾਨੂੰ ਫਾਇਦੇਮੰਦ ਰਹਿਣੀ ਹੈ, ਕਿਉਂਕਿ ਜਰਸੀ ਅਤੇ ਐਚ ਐਫ ਦੀ ਕਰੋਸ ਹੈ ਥਣ। ਇਹਦਾ ਵੀ ਹੱਥੀਂ ਚਵਾਈ ਵਾਲਾ ਢਾਂਚਾ ਸੋਹਣਾ ਦੋਸਤੋ, ਦਰਮਿਆਨੇ ਜੇ ਕੱਦ ਕਾਠ ਦੀ ਹੈ, ਸੂਈ ਹਜੇ ਤਾਜ਼ੀ ਹੈ, ਉਹਦੇ ਕਰਕੇ ਜੇ ਪੂੜੇ ਬਹੁਤੇ ਨਹੀਂ ਚੱਕੇ, ਪਤਾ ਲੱਗਦਾ ਹੈ ਵੀ ਹਜੇ ਇਹ ਬਿਲਕੁਲ ਤਾਜ਼ੀ ਸੂਈ ਵੀ ਹੈ। ਇਹਨੇ ਬੱਚਾ ਜਿਹੜਾ ਬਈ ਬੱਚਾ ਕਿ ਬੱਚੀ? ਬੱਚਾ ਬਾਈ। ਠੀਕ ਹੈ ਇਹਦੇ ਨਾਲ ਮੇਲ ਕਾਫ ਆ ਦੱਸੋ, ਇੱਥੇ ਬਣਦੀ ਬਈ ਇਹਨੂੰ? ਸੋ ਇਹ ਦੱਸੋ ਥੋੜ੍ਹਾ ਜਿਹਾ ਕੌਫੀ ਕਲਰ ਜਿਹਾ ਹੈ, ਇਹਨੂੰ ਆਪਾਂ ਅੰਦਰ ਬੰਨ ਕੇ ਤੁਹਾਨੂੰ ਇਹਦਾ ਥਣ ਹਵਾਨਾ ਦਿਖਾ ਦਿੰਦੇ ਹਾਂ, ਧੁੱਪ 'ਚ ਉੱਨੀ ਕਲੈਰਿਟੀ ਹੋ ਸਕਦਾ ਤੁਹਾਨੂੰ ਨਾ ਦਿਸੀ ਹੋਵੇ। ਸੋ ਇਹ ਪਹਿਲਣ ਵੈਡ ਹੈ, ਤਾਜ਼ੀ ਸੂਈ ਵੀ ਹੈ, 52,000 ਰੇਟ ਹੈ, ਥਣ ਹੱਥੀਂ ਚਵਾਈ ਵਾਲੇ ਹੈ ਇਹਦੇ ਵੀ ਬਿਲਕੁਲ, ਤੁਸੀਂ ਦੇਖੋਗੇ। ਸੋ ਬਈ ਉਹ ਵੱਛੀ ਲੈ ਖੋਲ੍ਹ ਕੇ, ਸੋ ਦੋਸਤੋ ਦੋ ਨੰਬਰ ਵਾਲੀ ਗਾਂ ਨਾਲ ਵੱਛੀ ਸੀਗੀ, ਉਹ ਤੁਹਾਨੂੰ ਮੈਂ ਦਿਖਾਊਂਗਾ। ਸੋ ਦੋਸਤੋ ਇਹ ਦੋ ਨੰਬਰ ਵਾਲੀ ਗਾਂ ਦੇ ਨਾਲ ਵੱਛੀ ਹੈ ਜਿਹੜੀ ਤੁਸੀਂ ਹੁਣ ਦੇਖ ਰਹੇ ਹੋ, ਪਹਿਲੇ ਨੰਬਰ ਵਾਲੀ ਗਾਂ ਨਾਲ ਵੱਛਾ ਸੀ, ਦੋ ਨੰਬਰ ਵਾਲੀ ਨਾਲ ਵੱਛੀ ਹੈ, ਤਿੰਨ ਨੰਬਰ ਗੱਭਣ ਹੈ ਅਤੇ 4 ਨੰਬਰ ਵਾਲੀ ਨਾਲ ਜਿਹੜਾ ਬੱਚਾ ਉਹ ਮੇਲ ਕਾਫ ਹੈ। ਸੋ ਨਾਗ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਵਿਕਰੀ ਵਾਲੇ ਇਹ 4 ਤੁਹਾਨੂੰ ਦਿਖਾਏ ਆ, ਵੱਛਾ ਤੁਹਾਨੂੰ ਜ਼ਰੂਰ ਦਿਖਾਊਂਗਾ, ਬਰੂਟ ਦਾ ਸੀਮਨ ਲੱਗਾ ਸੀ ਪਹਿਲੇ ਨੰਬਰ ਵਾਲੀ ਗਾਂ ਦਾ ਦੇ, ਉਹ ਵੀ ਤੁਹਾਨੂੰ ਵੱਛਾ ਵੀ ਜਿਹੜਾ ਉਹ ਦਿਖਾ ਦਿਆਂਗੇ। ਸੋ ਇਹ ਗਾਵਾਂ ਦੱਸੋ ਫੋਰ ਸੇਲ ਹੈ, ਤੁਸੀਂ ਆਪਦੀ ਤਸੱਲੀ ਨਾਲ ਜਿਹੜਾ ਪਸ਼ੂ ਚੰਗਾ ਲੱਗਿਆ ਖਰੀਦ ਲਓ, ਜੇ ਨੰਬਰ ਸਕਰੀਨ 'ਤੇ ਬਾਈ ਦਾ ਚੱਲਦਾ ਰਹਿਣਾ। ਸੋ ਇਹ ਮੇਲ ਕਾਫ ਹੈ ਦੱਸੋ ਜਿਹੜਾ ਪਹਿਲੇ ਨੰਬਰ ਵਾਲੀ ਗਾਂ ਦੇ ਨਾਲ ਹੈ, ਦੇਖ ਸਕਦੇ ਹੋ ਤੁਸੀਂ, ਬਾਈ ਦੱਸਦਾ ਸੀ ਵੀ ਬਰੂਟ ਦਾ ਸੀਮਨ ਲੱਗਾ ਸੀ। ਸੋ ਧੰਨਵਾਦ ਵੀਡੀਓ ਦੇਖਣ ਵਾਸਤੇ, ਜੇ ਬਾਈ ਹੋਰੀ 2 ਮਿੰਟ ਗੱਲਾਂ ਕਰਦੇ ਹਾਂ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ, ਨਾਮ ਦੱਸਿਓ ਆਪਣਾ? ਮੇਰਾ ਨਾਮ ਹਰਜਿੰਦਰ ਸਿੰਘ ਹੈ ਜੀ। ਹਰਜਿੰਦਰ ਬਾਈ ਰੱਖਦੇ ਹੋ ਪਸ਼ੂ ਘਰੇ ਫਿਰ? ਹਾਂ ਜੀ ਰੱਖਦੇ ਹਾਂ ਜੀ। ਵੀਡੀਓ ਦੇਖ ਲੈਂਦੇ ਹੁੰਦੇ ਆ? ਭਾਅ ਜੀ ਸਾਰੀਆਂ ਵੀਡੀਓ ਦੇਖਦੇ ਤੁਹਾਡੀਆਂ? ਸਾਰੀਆਂ ਵੇਖ ਲੈਂਦੇ। ਹਾਂ ਜੀ ਇਸੇ ਪਿੰਡ ਤੋਂ? ਇਸੇ ਪਿੰਡ ਤੋਂ ਭਾਅ ਜੀ। ਠੀਕ ਹੈ ਤੇ ਨਾਲ ਬਾਈ, ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ। ਨਾਮ ਦੱਸਿਓ? ਮਾਈਕਲ ਭਾਅ ਜੀ। ਆਪਣੇ ਕੋਲ ਵੀ ਪਸ਼ੂ ਰੱਖੇ ਵੇ ਆ? ਹਾਂ ਜੀ ਭਾਅ ਜੀ। ਸ਼ੌਂਕ ਆ ਪਸ਼ੂਆਂ ਦਾ? ਪੂਰਾ ਪੂਰਾ ਸ਼ੌਂਕ ਹੈ ਜੀ। ਵੀਡੀਓ ਤੁਸੀਂ ਵੀ ਦੇਖਦੇ ਹੋ ਮੇਰਾ? ਸਾਡੇ ਸਾਰੇ ਵੀ ਟੋਟਲ ਦੇਖੀ ਆ। ਟੋਟਲ ਦੇਖਦੇ ਹੋ? ਠੀਕ ਹੈ ਇੱਕ ਵੀਰ ਹੋਰ ਨਾਲ ਬਾਈ। ਹਾਂਜੀ ਧੰਨਵਾਦ ਬਾਈ, ਸਤਿ ਸ਼੍ਰੀ ਅਕਾਲ ਬਾਈ। ਨਾਮ ਦੱਸਿਓ ਆਪਣਾ? ਅਮਨਦੀਪ ਸਿੰਘ ਹੈ ਬਾਈ। ਅਮਨਦੀਪ ਬਾਈ ਕਿੰਨੇ ਕੁ ਪਸ਼ੂ ਰੱਖਦੇ ਹੋ? ਬਾਈ 6-7 ਇੱਧਰ ਰੱਖਦੇ ਆ ਜਿੱਦਾਂ। 6-7 ਨਾਗ ਹੈਗੇ ਆ? ਹਾਂਜੀ। ਠੀਕ ਹੈ ਕੁਛ ਜਿਵੇਂ ਹੁਣ ਯੂਟਿਊਬ ਤੇ ਬਹੁਤ ਸਾਰੇ ਵੀਰ ਵੀਡੀਓ ਬਣਾਉਂਦੇ, ਉਹਦੇ ਨਾਲ ਸ਼ੌਂਕ ਵਧਿਆ ਲੱਗਦਾ ਮੁੰਡਿਆਂ 'ਚ ਨਵਿਆਂ 'ਚ ਕੁਛ? ਸਰ ਜਿੱਦਾਂ ਸ਼ੌਂਕ ਗਾਂ ਦੀ ਗਾਂ ਜੇ ਤਕਨੀਕ ਵਧੀ ਜਾਂਦੀ ਆ, ਜਿੱਦਾਂ ਸੀਮਨ ਤੇ ਕੰਮ ਕਰਦੇ, ਸਾਨੂੰ ਵੀ ਸ਼ੌਂਕ ਆ ਜਿੱਦਾਂ ਵੀ ਗਾਂ ਤੋਂ ਗਾਂ ਚੰਗੀ ਨਸਲ ਤਿਆਰ ਕਰੀਏ, ਜਿੱਦਾਂ ਸੀਮਨ ਤੇ ਕੰਮ ਕਰੀਏ। ਅੱਛਾ ਵੀ ਚੰਗਾ ਸੀਮਨ ਭਰਾ ਕੇ ਹੋਣਾ ਹੈਗਾ ਵੀ ਆਪਾਂ ਚੰਗੀ ਨਸਲ ਜਿਹੜੀ ਤਿਆਰ ਕਰਦੇ ਹਾਂ। ਹੁਣ ਫਿਰ ਬਾਈ AI ਕਰਵਾਉਣੇ ਆ ਪਸ਼ੂਆਂ ਦੀ ਫਿਰ ਜ਼ਿਆਦਾਤਰ? ਹਾਂ ਜੀ ਹਾਂ ਜੀ ਠੀਕ ਹੈ AI ਜ਼ਿਆਦਾ ਕਰਵਾ। ਠੀਕ ਓਕੇ। ਸੋ ਇਹ ਦੋਸਤੋ ਵੀਰ ਮੈਂ ਪਹਿਲਾਂ ਵੀ ਦੱਸਿਆ ਸੀ ਵੀ ਪਿਛਲੀ ਵੀਡੀਓ ਜੋ ਮੈਂ ਬਣਾਉਣ ਵਾਸਤੇ ਇੱਥੇ ਆਇਆ ਸੀ ਬਾਈ ਹੋਰੀ ਉਦੋਂ ਵੀ ਮਿਲਣ ਆਏ, ਅੱਜ ਫਿਰ ਇਹ ਆਏ ਆ, ਮੈਂ ਵੈਸੇ ਗੱਲਾਂ ਬਾਤਾਂ ਕੀਤੀਆਂ ਸ਼ੌਂਕ ਆ। ਸੋ ਪਸ਼ੂ ਦੋਸਤੋ ਜਿਹੜੇ ਵਿਕਾਊ ਸੀ ਉਹ ਇਹ 4 ਨਾਗ ਹੈ। ਧੰਨਵਾਦ ਵੀਡੀਓ ਦੇਖਣ ਲਈ।